ਭਾਜਪਾ ਆਰਐਸਐਸ ਜਿੰਨੇ ਮੁਕੱਦਮੇ ਚਾਹੁਣ ਮੇਰੇ ਉੱਪਰ ਦਰਜ ਕਰਵਾ ਦੇਣ। ਰਾਹੁਲ ਗਾਂਧੀ। ਆਰਐਸਐਸ ਵੱਲੋਂ ਦਰਜ ਕਰਵਾਏ ਗਏ ਮਾਣਹਾਨੀ ਦੇ ਮਾਮਲੇ 'ਤੇ ਬੋਲਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਆਰਐਸਐਸ ਅਤੇ ਭਾਜਪਾ ਜਿੰਨੇ ਮੁਕੱਦਮੇ ਚਾਹੁਣ ਉਹਨਾਂ ਉੱਪਰ ਦਰਜ ਕਰਵਾ ਸਕਦੇ ਹਨ, ਉਹ ਉਹਨਾਂ ਦਾ ਸਾਹਮਣਾ ਕਰਨਗੇ ਅਤੇ ਜਿੱਤਣਗੇ। ਹਮਾਰੀ ਜੋ ਲੜਾਈ ਹੈ ਪ੍ਰਧਾਨ ਮੰਤਰੀ ਜੀ ਕੀ ਜੋ ਪਾਲਿਸੀਜ਼ ਹੈ ਜਿਸਕੇ ਕਾਰਨ ਆਜ ਹਿੰਦੁਸਤਾਨ ਕਾ ਕਿਸਾਨ ਤ੍ਰਸਤ ਹੈ, ਜੋ ਹਮਾਰੇ ਯੁਵਾ ਹੈ ਉਨਕੇ ਪਾਸ ਰੋਜ਼ਗਾਰ ਨਹੀਂ ਹੈ। ਹਮਾਰੀ ਇਹ ਲੜਾਈ ਹੈ, ਸਰਕਾਰ ਚੱਲ ਰਹੀ ਹੈ, 15 ਸਬਸੇ 20 ਸਬਸੇ ਅਮੀਰ ਲੋਕੋਂ ਕੀ ਸਰਕਾਰ ਚੱਲ ਰਹੀ ਹੈ। ਮੀਡੀਆ ਮੇਂ ਸਭ ਕੁਛ ਆਤਾ ਰਹਿਤਾ ਹੈ ਇਨਕਾ, ਮਗਰ ਜੋ ਕਾਮ ਕੀ ਬਾਤ ਹੈ ਰੋਜ਼ਗਾਰ ਔਰ ਕਿਸਾਨੋਂ ਕੀ ਰਕਸ਼ਾ, ਉਸਕੇ ਬਾਰੇ ਮੇਂ ਨਰੇਂਦਰ ਮੋਦੀ ਜੀ ਕੁਛ ਨਹੀਂ ਕਹਿਤੇ। ਤੋ ਇਹ ਹਮਾਰੀ ਲੜਾਈ ਹੈ। ਮਹਿੰਗਾਈ ਕੇ ਬਾਰੇ ਮੇਂ, ਪੈਟਰੋਲ ਕੇ ਦਾਮ, ਡੀਜ਼ਲ ਕੇ ਦਾਮ ਕੇ ਬਾਰੇ ਮੇਂ ਨਰੇਂਦਰ ਮੋਦੀ ਜੀ ਇੱਕ ਸ਼ਬਦ ਨਹੀਂ ਕਹਿਤੇ। ਮੇਰੇ ਉੱਪਰ ਇਹ ਕੇਸ ਤੋਂ ਲਗਾਤੇ ਰਹਿਤੇ ਹੈ, ਠੀਕ ਹੈ, ਜਿਤਨੇ ਲਗਾਏ ਮੁਝੇ ਕੋਈ ਫਰਕ ਨਹੀਂ ਪੜਤਾ ਹੈ। ਮੇਰੀ ਵਿਚਾਰਧਾਰਾ ਕੀ ਲੜਾਈ ਹੈ ਔਰ ਮੈਂ ਇਨਕੇ ਖਿਲਾਫ ਲੜੂੰਗਾ ਔਰ ਹਮ ਜੀਤੇਂਗੇ।